ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ, ਕੀ ਹਾਲ ਆ ਜੀ। ਅਤੇ ਆਪਾਂ ਵੀਡੀਓ ਬਣਾਉਣੀ ਆ ਰਾਨੂੰ ਦੀ, ਅਤੇ ਇਹ ਤਿਲ ਦੀ ਧੀ ਆ, ਅਤੇ ਪਹਿਲਾਂ ਸੂਆ ਸੂਏ 2.5 ਸਾਲਾਂ ਦੀ, ਅਤੇ 3-3.5 ਮਹੀਨੇ ਨੂੰ ਸੂਈ ਨੂੰ ਹੋ ਗਏ ਮੇਰੇ ਹਿਸਾਬ ਨਾਲ ਹੁਣ। ਅਤੇ ਬਾਕੀ ਤੁਸੀਂ ਆਪਦੇ ਆਰਡਰ ਦੀ ਕੁਆਲਿਟੀ ਅਤੇ ਬਾਕੀ ਦੇਖੋ, ਬਾਕੀ ਤੁਸੀਂ ਵੀਡੀਓ ਕਮੈਂਟ ਤੁਸੀਂ ਆਪ ਹੀ ਕਰ ਦੇਣਾ ਦੇਖ ਕੇ, ਹੈ ਨਾ ਕੁਆਲਿਟੀ। ਦੇਖੋ ਪਹਿਲਾਂ 2.5 ਸਾਲਾਂ ਦੀ ਕੱਟੀ, ਥਣਾਂ ਦਾ ਗੈਪ ਦੇਖੋ, ਹਜੇ ਤਾਂ ਕਹਿਣ ਦਾ ਭਾਵ ਕੀ ਆ ਵੀ ਹਜੇ ਤਾਂ ਮਚੋਰ ਹੋਣਾ, ਹਜੇ 2.5 ਸਾਲਾਂ ਦੀ ਕੱਟੀ ਸੂ ਕੇ ਦੇਖੋ ਵੀ ਜੇ ਆਪਾਂ ਤੱਕ ਜੀ ਨਾਲ ਵੀ ਪਾਵਾਂਗੇ ਤਾਂ ਸਮਝ ਲਓ ਵੀ ਐਂ ਮੰਨ ਲਓ ਵੀ ਗਿੱਠ ਤੋਂ ਵੀ ਜ਼ਿਆਦਾ ਮਤਲਬ ਥਣਾਂ ਦਾ ਗੈਪ ਆ। ਅਤੇ ਇੱਧਰ ਲੈ ਦੇਖੋ, ਹੁਣ ਸ਼ਾਮ ਦਾ ਟਾਈਮ ਹੈ, ਹੁਣ ਉੱਧਰਲੇ ਕਰੋ ਕਰਕੇ ਤਾਰਾਂ ਦਾ ਟਾਈਮ ਹੋਇਆ ਪਿਆ ਹੁਣ। ਇਹ ਦਵਿੰਦਰ ਪੁਲੀ ਹੈ ਆਦਮਪੁਰੇ, ਬਾਕੀ ਸ਼ਾਇਦ ਦੇਖੋ ਬਾਕੀ ਦੁੱਧ ਦਿੱਤਾ ਬਾਈ ਇਹਨੇ। ਹੁਣ ਇਸ ਟਾਈਮ ਤੋਕੜ ਹੈ, ਹੁਣ ਇਹ 12.5 ਲੀਟਰ 'ਤੇ ਚੱਲੀ ਜਾਂਦੀ ਹੈ, ਅਤੇ 14 ਕੁ ਲੀਟਰ ਦੇ ਕਰੀਬ ਦੁੱਧ ਦਿੱਤਾ ਇਹਨੇ, 13.5 ਤੋਂ ਉੱਪਰ ਲੰਘੀ ਸੀ। ਦੇਖੋ ਵੀ ਗੈਪ ਗੂਪ ਬਾਕੀ, ਹੈ ਨਾ। ਇਹ ਆ ਗਈ ਉਹ ਕ੍ਰਾਂਤੀ ਵਿਨਰ, ਠੀਕ ਹੈ ਜੀ। ਬਹੁਤ ਜ਼ਿਆਦਾ ਮੱਝ ਨੇ ਇਹਨੇ ਕੰਪੀਟੀਸ਼ਨ ਮਿਲਕਿੰਗ ਦੇ ਜਿੱਤੇ ਆ, ਅਤੇ ਬਹੁਤ ਚੰਗੀ ਕੁਆਲਿਟੀ ਅਤੇ ਦੁੱਧ ਵਾਲੀ ਕੁਆਲਿਟੀ ਦੀ। ਇਹਦੀ ਹੁਣ ਧਾਰ ਚੁੱਕ ਕੇ ਹਟਿਆ, ਬਸ ਕੁਛ ਟਾਈਮ ਹੀ ਹੋ ਗਿਆ, ਬੁੱਢੀ ਮੱਝ ਹੋਈ ਵੀ ਹੈ ਹੁਣ। ਅਤੇ ਦੁੱਧ ਕਹਿਣ ਦਾ ਭਾਵ ਕੀ ਹੈ, ਜਿਵੇਂ ਕਹਿ ਨਹੀਂ ਦਿੰਦੇ ਆਪਾਂ ਦੁੱਧ ਵਾਲੀ ਮਸ਼ੀਨ, ਇਹ ਬਾਕੀ ਦੁੱਧ ਵਾਲੀ ਮਸ਼ੀਨ ਹੈ ਇਹ। ਇਹਨੂੰ ਕ੍ਰਾਂਤੀ ਕਹਿੰਦੇ ਸੀ, ਇਹਦਾ ਨਾਂ ਕ੍ਰਾਂਤੀ ਰੱਖਿਆ ਸੀ ਇਹਨੇ, ਮਤਲਬ ਮੇਲਿਆਂ ਦੇ ਉੱਤੇ ਬਾਕੀ ਅਤੇ ਲੋਕਾਂ ਨੂੰ ਹੈਰਾਨ ਕਰਤਾ ਸੀ ਵੀ ਮੱਝਾਂ ਇੰਨਾ ਦੁੱਧ ਦੇ ਸਕਦੀਆਂ। ਲੋਕ ਪਹਿਲਾਂ ਕੱਲੀ ਗਾਂ ਦਾ ਸਮਝ ਜਾਂਦਾ ਜਦੋਂ ਇਹ ਮੱਝਾਂ ਆਈਆਂ ਨਾ ਮੂਹਰੇ, ਉਦੋਂ ਲੋਕ ਹੈਰਾਨ ਹੋਏ ਆ ਵੀ ਇੰਨਾ ਦੁੱਧ ਮੱਝਾਂ ਵੀ ਦੇ ਸਕਦੀਆਂ, ਹੈ ਨਾ। ਅਤੇ ਬਾਕੀ ਆ ਝੋਟੀ ਦੇਖ ਲਓ ਤੁਹਾਡੇ ਸਾਹਮਣੇ, ਅਸੀਂ ਵੀਡੀਓ ਆਪਾਂ ਇਹਦੀ ਬਣਾਤੀ ਅੱਡ ਥੋੜ੍ਹੀ ਤੁਰੇ ਜਾਂਦਿਆਂ ਦੀ ਵੀ, ਹੈ ਨਾ। ਅਤੇ ਸਾਇਸ ਨੂੰ ਦੇਖ ਲਓ, ਇਹ ਤਿਲ ਦੀ ਹੈ, ਤਿਲ ਦੀ ਵੀ ਵੀਡੀਓ ਦੇਖੀ ਜੀ। ਆਰਡਰ ਦੀ ਕੁਆਲਿਟੀ ਦੇਖੋ, ਮੂਹਰ ਨੂੰ ਵੀ ਆਰਡਰ ਦੇਖੋ, ਧੁੰਨੀ ਤੱਕ ਲੱਗਦਾ ਜਾ ਕੇ, ਪਿੱਛੇ ਨੂੰ ਵੀ ਦੇਖੋ। ਅਗਲੇ ਸੂਏ ਦੂਜੇ ਸੂਏ ਇਹਨੇ ਕਮਾਲ ਕਰ ਦੇਣਾ, ਮਤਲਬ ਦੁੱਧ ਦੇ ਇਹਨੇ ਰਿਕਾਰਡ ਤੋੜ ਦੇਣੇ ਆ ਦੂਜੇ ਸੂਏ। ਇਹ ਸੀਗੀ ਮਾਝੇ ਦੀ, ਅਤੇ ਇਹ ਵੀ 4th ਸੂਆ ਹੋਊਗਾ ਇਹਦਾ, ਅਤੇ ਇਹਨੇ ਵੀ ਬਹੁਤ ਚੰਗਾ ਮਤਲਬ ਦੁੱਧ ਕੱਢਿਆ। ਹੁਣ ਦਵਿੰਦਰ ਨੇ ਤੋਕੜ ਖਰੀਦੀ ਸੀਗੀ ਇਹ, ਆਪਦੇ ਮਿੱਤਰ ਤੋਂ ਹੀ ਲੈਤੇ ਸੀ, ਅਤੇ 18 ਕੁ ਲੀਟਰ ਦੁੱਧ ਸੀਗਾ ਜਿੱਦੇ ਖਰੀਦ ਕੇ ਲਿਆਇਆ ਸੀ। ਅਤੇ ਹੁਣ ਦਵਿੰਦਰ ਦੇ ਘਰ ਬਸ ਮਤਲਬ ਕਹਿਣ ਦਾ ਭਾਵ ਡਰਾਈ ਹੈ, ਅਤੇ ਹੁਣ ਮਹੀਨੇ ਕੁ ਦੇ ਕਰੀਬ ਰਹਿ ਗਿਆ ਦਵਿੰਦਰ ਕੋਲ, ਵੱਧ ਟਾਈਮ 35 ਦਿਨ ਰਹਿ ਗਏ ਇਹਦੇ। ਅਤੇ ਇਹ ਵੀ ਬਹੁਤ ਚੰਗੀ ਆ, ਆਹ ਕ੍ਰਾਂਤੀ ਖੜੀ ਹੈ, ਇਹਨੂੰ ਬਹੁਤ ਦੁੱਧ ਚੰਗਾ, ਇਹਦਾ ਵੀ ਬਹੁਤ ਚੰਗਾ। ਆਹ ਪਹਿਲਾਂ ਝੋਟੀ ਆ, ਇਹ ਪਹਿਲਾਂ ਵੈੜ ਆ ਇਹਦੀ, ਹੈ ਨਾ। ਇਹ ਤੁਹਾਨੂੰ ਦਿਖਾਤੀ ਹੈ, ਬਾਕੀ ਝੋਟੀ ਦੀ ਉਮਰ ਦਾ ਇਸ ਨੂੰ ਐਟੀਮੇਟ ਹੋ ਗਿਆ, ਉਹ ਦੰਦਾਂ ਤੋਂ ਹਜੇ ਵੀ ਇਹ ਮਤਲਬ ਦੁੱਗੀ ਹੋਈ ਆ ਹਜੇ ਵੀ, ਨਾਲੇ ਸੂਈ ਨੂੰ 3.5 ਮਹੀਨੇ ਹੋ ਗਏ। ਠੀਕ ਆ ਜੀ ਬਾਈ, ਸਤਿ ਸ਼੍ਰੀ ਅਕਾਲ। ਬਾਕੀ ਠੰਡ ਵਾਲੀ ਆ ਨਾ, ਦੂਜੇ ਲੋਟ ਨਹੀਂ ਬਣੀ ਆ ਵੀਡੀਓ ਐਂ ਤੋਰ ਕੇ, ਬਹੁਤ ਜ਼ਿਆਦਾ ਹਵਾ ਹੀ ਬਹੁਤ ਚੱਲੀ ਜਾਂਦੀ।